ਉਹਦੇ 34 ਏਕੜ ਦੇ ਵਿੱਚ ਬੀਜ ਜਿਹੜਾ ਨਕਲੀ ਬੀਜ ਤਿਆਰ ਕਰਕੇ ਕਿਸਾਨਾਂ ਨਾਲ ਠੱਗੀ ਕਰ ਰਿਹਾ ਸੀ। ਉਹਦੇ ਪਿੱਛੇ ਮਾਸਟਰਮਾਈਂਡ ਸਿਮਰਜੀਤ ਸਿੰਘ ਬੈਂਸ ਆ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਦੀ ਪਾਰਟੀ ਦਾ ਬੰਦਾ ਆ। ਅਸੀਂ ਬਾਰ ਬਾਰ ਕਹਿੰਦੇ ਸੀ ਵੀ ਕਾਂਗਰਸੀ ਪਿੱਠੂ ਹੈ ਤੇ ਅੱਜ ਸਾਬਿਤ ਹੋ ਗਿਆ ਸੁੱਕੀ ਰੰਧਾਵੇ ਨਾਲ ਇਹਨਾਂ ਦੇ ਕਾਲ ਡਿਟੇਲਾਂ ਕਢਾਈਆਂ ਜਾਣ। ਜੇ ਇਹਨਾਂ ਦਾ ਜਿਹੜਾ ਨੰਗਾ ਚਿਹਰਾ ਨਾ ਕੀਤਾ ਗਿਆ ਸਰਕਾਰ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਨਾ ਕੀਤਾ ਗਿਆ ਤੇ ਆਉਣ ਵਾਲੇ ਟਾਈਮ 'ਚ ਇਹਦੇ ਘਰ ਦੇ ਖਰਾਬ ਕਰਾਂਗੇ। ਗੱਲ ਜਿਹੜਾ ਲਾਈਵ ਹੋਣ ਵਾਲਾ ਜੀ ਚੁੱਪ ਕਿਉਂ ਹੈ? ਇੱਥੋਂ ਪਤਾ ਲੱਗਦਾ ਕਿ ਚੋਰ ਹੈ ਠੱਗ ਹੈ। ਇਹ ਸੱਜਣ ਨਹੀਂ, ਸੱਜਣ ਠੱਗ ਹੈ ਤੇ ਅਸੀਂ ਇਹਦਾ ਚਿਹਰਾ ਨੰਗਾ ਕੀਤਾ ਹੈ। ਇਹ ਬੰਦੇ ਦਾ ਨਾਮ ਬੀਜ ਘੁਟਾਲੇ 'ਚ ਆਇਆ, ਸੁੱਖੀ ਰੰਧਾਵੇ ਨਾਲ ਆਇਆ। ਸਭ ਤੋਂ ਪਹਿਲਾਂ ਤਾਂ ਇਹ ਜ਼ਾਹਰ ਕਰਦੀ ਆ ਵੀ ਜਿਹੜਾ ਸਿਮਰਜੀਤ ਬੈਂਸ ਆ ਕਾਂਗਰਸੀ ਪਿੱਠੂ ਆ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਉਤੇ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ ਸ਼ਾਰਦਾ ਅਤੇ ਅੱਜ ਅਸੀਂ ਖੜ੍ਹੇ ਹਾਂ ਲੁਧਿਆਣਾ ਦੇ ਗਿੱਲ ਰੋਡ ਵਿਖੇ, ਜਿੱਥੇ ਕਿ ਹਲਕਾ ਆਤਮ ਨਗਰ ਤੋਂ MLA ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਜਿਹੜੇ ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਪੁਤਲਾ ਜਿਹੜਾ ਜਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਗੁਰਦੀਪ ਸਿੰਘ ਗੋਸ਼ਾ ਵੱਲੋਂ ਅਕਾਲੀ ਦਲ ਵੱਲੋਂ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਗੱਲਬਾਤ ਕਿ ਇਹ ਸਭ ਜਿਹੜਾ ਹੈਗਾ ਹੈ ਕਿਉਂ ਕਰ ਰਹੇ ਹੈਗੇ ਨੇ, ਉਹ ਕਿਉਂ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੁਰਦੀਪ ਸਿੰਘ ਗੋਸ਼ਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਮਕਸਦ ਸੀ ਇਸ ਪ੍ਰਦਰਸ਼ਨ? ਮਕਸਦ ਹੈ ਜਿਹੜਾ ਬਲਜਿੰਦਰ ਸਿੰਘ ਜਿਹੜਾ ਫੜਿਆ ਗਿਆ ਜਿਹੜਾ ਬੀਜ ਘੁਟਾਲੇ ਦੇ ਵਿੱਚ, ਉਹਦੇ 34 ਏਕੜ ਦੇ ਵਿੱਚ ਬੀਜ ਜਿਹੜਾ ਨਕਲੀ ਬੀਜ ਤਿਆਰ ਕਰਕੇ ਕਿਸਾਨਾਂ ਨਾਲ ਠੱਗੀ ਕਰ ਰਿਹਾ ਸੀ। ਉਹਦੇ ਪਿੱਛੇ ਮਾਸਟਰਮਾਈਂਡ ਸਿਮਰਜੀਤ ਸਿੰਘ ਬੈਂਸ ਆ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਦੀ ਪਾਰਟੀ ਦਾ ਬੰਦਾ ਆ। ਅਤੇ ਸੁਖਦੇਵ ਸਿੰਘ ਚੱਗ 5 ਨੰਬਰ ਥਾਣੇ ਵੀ ਗਿਆ ਇਹਨਾਂ ਦੇ ਹੱਕ ਦੇ ਵਿੱਚ ਬਰਾੜ ਬੀੜ ਦੇ। ਇੱਥੋਂ ਪਤਾ ਲੱਗਦਾ ਕਿ ਪਿੱਛੇ, ਕਿਉਂਕਿ ਜੇ 20 ਦਿਨ ਤੋਂ ਗੱਲ ਤੇ ਲਾਈਵ ਹੋਣ ਵਾਲਾ ਬੰਦਾ ਅੱਜ 20 ਦਿਨ ਤੋਂ ਚੁੱਪ ਕਰਕੇ ਕਿਉਂ ਬੈਠਾ ਸੀ? ਅਸੀਂ ਬਾਰ ਬਾਰ ਕਹਿੰਦੇ ਸੀ ਵੀ ਕਾਂਗਰਸੀ ਪਿੱਠੂ ਹੈ ਤੇ ਅੱਜ ਸਾਬਿਤ ਹੋ ਗਿਆ ਸੁੱਕੀ ਰੰਧਾਵੇ ਨਾਲ ਇਹਨਾਂ ਦੇ ਕਾਲ ਡਿਟੇਲਾਂ ਕਢਾਈਆਂ ਜਾਣ। ਜੇ ਇਹਨਾਂ ਦਾ ਜਿਹੜਾ ਨੰਗਾ ਚਿਹਰਾ ਨਾ ਕੀਤਾ ਗਿਆ ਸਰਕਾਰ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇ ਨਾ ਕੀਤਾ ਗਿਆ ਤੇ ਆਉਣ ਵਾਲੇ ਟਾਈਮ 'ਚ ਇਹਦੇ ਘਰ ਦੇ ਖਰਾਬ ਕਰਾਂਗੇ। ਸਰ, ਕੀ ਸਬੂਤ ਨੇ ਤੁਹਾਡੇ ਕੋਲੇ? ਤੁਸੀਂ ਕਿਸ ਤਰ੍ਹਾਂ ਫੋਟੋਆਂ ਵਾਇਰਲ ਕਰ ਰਹੇ ਜੀ ਜਿਹੜੀਆਂ ਬਲਜਿੰਦਰ ਨੇ ਖੁਦ ਪਾਈਆਂ ਹੋਈਆਂ ਵੀ ਬੈਂਸ ਦੀ ਟੀਮ ਦੇ ਵਿੱਚ ਭੁੰਦੜੀ ਹਲਕੇ ਦੇ ਇੰਚਾਰਜ ਬਣਿਆ ਹੋਇਆ। ਆਉਣ ਵਾਲੇ ਟਾਈਮ 'ਚ ਹੋਰ ਸੁਖਦੇਵ ਸਿੰਘ ਚੱਕ ਦਾ 5 ਨੰਬਰ ਥਾਣੇ ਜਾਣਾ, ਉਹ ਵੀ ਸਾਡੇ ਕੋਲ ਵੀਡੀਓ ਹੈਗੀਆਂ, ਇਹ ਬੋਲੇਗਾ, ਇਹ ਦੱਸੇਗਾ ਨਹੀਂ ਤਾਂ ਅਸੀਂ ਇਹ ਵੀਡੀਓ ਵਾਇਰਲ ਕਰਾਂਗੇ, ਦੱਸਾਂਗੇ ਆਉਣ ਵਾਲੇ ਟਾਈਮ 'ਚ ਹੋਰ ਪੁਤਲੇ ਖੋਲਾਂਗੇ। ਕਾਰਵਾਈ ਦੀ ਮੰਗ ਕਰਦੇ ਪਏ? ਕਾਰਵਾਈ ਜਿਹੜੀ ਇਹਨੂੰ ਸ਼ਾਮਿਲ ਤਫਤੀਸ਼ ਕਰਕੇ ਜੋ ਕਾਰਵਾਈ ਬਣਦੀ ਪੁਲਿਸ ਕਰੇ, ਨਹੀਂ ਕਰੂਗੀ ਤਾਂ ਫਿਰ ਸਾਡੇ ਕੋਲ ਹੱਲ ਹੈਗੇ, ਪ੍ਰੋਟੈਸਟ ਜਾਰੀ ਰਹਿਣਗੇ। ਪ੍ਰੋਟੈਸਟ ਜਿਹੜਾ ਤੁਸੀਂ ਅੱਜ ਵੀ ਕੀਤਾ, ਇਸ ਤੋਂ ਬਾਅਦ ਵੀ ਕਿੱਥੇ ਤੌਰ ਤੇ ਕੀਤਾ ਜਾਏਗਾ? ਇਹ ਤਾਂ ਅੱਗੇ ਵੀ ਚੱਲਦਾ ਰਹੂਗਾ ਜੀ, ਅਸੀਂ ਛੱਡਦੇ ਨਹੀਂ ਗਏ। ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਇਹਦੀ ਚੋਰਾਂ ਨੂੰ ਫੜਿਆ, ਇਹਨਾਂ ਨੂੰ ਸਰਕਾਰ ਨੂੰ ਤਾਂ ਆਪ ਚਾਹੀਦੇ ਸੀ, ਆਪ ਫੜਦੇ ਕਿਸਾਨਾਂ ਨਾਲ ਐਡਾ ਵੱਡਾ ਕਿੱਡੀ ਦੇਰ ਦਾ ਧੱਕਾ ਹੋ ਰਿਹਾ, ਪਰ ਕਾਂਗਰਸ ਇਹਨੂੰ ਬਚਾਉਣ ਤੇ ਲੱਗੀ, ਅਸੀਂ ਬਚਣ ਨਹੀਂ ਦਿਆਂਗੇ। ਪਰ ਇਹ ਤਾਂ ਹਮੇਸ਼ਾ ਜੇ ਕਿਤੇ ਨਾ ਕਿਤੇ ਲਾਈਵ ਹੋ ਕੇ ਹਮੇਸ਼ਾ ਹੀ ਇਹ ਗੱਲ ਨੂੰ ਜ਼ਾਹਿਰ ਕਰਦੇ ਲੋਕਾਂ ਜਿਹੜਾ ਲਾਈਵ ਹੋਣ ਵਾਲਾ ਜੀ ਚੁੱਪ ਕਿਉਂ ਹੈ? ਇੱਥੋਂ ਪਤਾ ਲੱਗਦਾ ਕਿ ਚੋਰ ਹੈ ਠੱਗ ਹੈ, ਇਹ ਸੱਜਣ ਨਹੀਂ, ਸੱਜਣ ਠੱਗ ਹੈ ਤੇ ਅਸੀਂ ਇਹਦਾ ਚਿਹਰਾ ਨੰਗਾ ਕੀਤਾ ਹੈ। ਸੋ ਇਹ ਸਨ ਗੁਰਦੀਪ ਸਿੰਘ ਗੋਸ਼ਾ ਜੀ, ਜਿਨ੍ਹਾਂ ਨੇ ਕਿਹਾ ਕਿ ਜਿਹੜਾ ਬੀਜ ਮਾਮਲੇ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਸੀ, ਉਸ ਦੇ ਬਰਜਿੰਦਰ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਸ ਨੂੰ ਲੈ ਕੇ ਜਿਹੜਾ ਇਹਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਕਿ ਕਾਂਗਰਸੀ ਤੇ ਸਿਮਰਜੀਤ ਸਿੰਘ ਬੈਂਸ ਦੀਆਂ ਜਿਹੜੀਆਂ ਹੈਗੀਆਂ ਨੇ ਸ਼ਹਿਰ ਦੇ ਉੱਤੇ ਇਹ ਕੰਮ ਹੋਇਆ। ਫੋਟੋਆਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਸਿਮਰਜੀਤ ਸਿੰਘ ਬੈਂਸ ਦੀ ਫੋਟੋ ਨਾਲ ਹੈਗੀ ਹੈ, ਉਸ ਨੂੰ ਲੈ ਕੇ ਇਹ ਇੱਕ ਵੱਡਾ ਪ੍ਰੋਟੈਸਟ ਆ ਜਿਹੜਾ ਕਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਅਗਰ ਇਹਨਾਂ ਦੀ ਗੱਲ ਨਾ ਸੁਣੀ ਗਈ ਤਾਂ। ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਪ੍ਰਦਰਸ਼ਨ ਕੀਤਾ ਜਾ ਰਿਹਾ, ਸਾਡੇ ਨਾਲ ਮਾਲਵਾ ਜ਼ੋਨ ਦੇ ਜਨਰਲ ਸੈਕਟਰੀ ਅਮਨ ਸੈਣੀ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਮਨ ਜੀ, ਕੀ ਮਾਮਲਾ ਸਾਰਾ ਇਹ? ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਤਸਵੀਰ ਸਭ ਕੁਝ ਜਗ ਜ਼ਾਹਰ ਕਰ ਰਹੀ ਹੈ, ਮੈਨੂੰ ਬੋਲਣ ਦੀ ਲੋੜ ਨਹੀਂ। ਦੂਜੀ ਗੱਲ, ਇਹ ਬੰਦੇ ਦਾ ਨਾਮ ਬੀਜ ਘੁਟਾਲੇ 'ਚ ਆਇਆ, ਸੁੱਖੀ ਰੰਧਾਵੇ ਨਾਲ ਆਇਆ। ਸਭ ਤੋਂ ਪਹਿਲਾਂ ਤਾਂ ਇਹ ਜ਼ਾਹਰ ਕਰਦੀ ਆ ਵੀ ਜਿਹੜਾ ਸਿਮਰਜੀਤ ਬੈਂਸ ਆ ਕਾਂਗਰਸੀ ਪਿੱਠੂ ਆ। ਦੂਜੀ ਗੱਲ, ਜਦ ਇਹ ਚਿੱਟਾ ਲੈ ਕੇ ਪੁੜੀ ਲੈ ਕੇ CP ਆਫਿਸ ਜਾ ਸਕਦਾ, ਅੱਜ ਇਹਦੇ ਬੰਦੇ ਘੁਟਾਲੇ ਕਰਦੇ ਪਏ ਆ, ਕੁਝ ਇਹਦੇ ਕੌਂਸਲਰ ਪਹਿਲਾਂ ਫੜੇ ਗਏ, ਚਿੱਟਾ ਬੇਚਦੇ ਫੜੇ ਗਏ ਆ, ਅਤੇ ਉਦੋਂ ਇਹ CP ਸਾਹਿਬ ਕੋਲ ਅੱਜ ਕਿਉਂ ਨਹੀਂ ਜਾ ਰਿਹਾ ਲਾਈਵ ਹੋ ਕੇ? ਸਰ, ਫੋਟੋ ਨੂੰ ਲੈ ਕੇ ਤੁਸੀਂ ਖੜੇ ਹੋ, ਫੋਟੋ ਦਾ MLA ਦਾ ਕੰਮ ਹੁੰਦਾ, ਕਿਤੇ ਵੀ ਜਾਣਾ ਫੋਟੋਆਂ ਲੋਕ ਖਿੱਚ ਲੈਂਦੇ ਆ, ਫੋਟੋ ਨੂੰ ਲੈ ਕੇ ਇੰਨਾ ਵਾਇਰਲ? ਫੋਟੋਆਂ ਖਿਚਵਾਉਣਾ ਠੀਕ ਹੈ, ਕੰਮ ਹੁੰਦਾ, ਬੰਦੇ ਤੋਂ ਪਹਿਲਾਂ ਦੇਖਣਾ ਤਾਂ ਚਾਹੀਦਾ ਨਾ ਕਿਹਦੇ ਨਾਲ ਫੋਟੋ ਕਰਵਾ ਰਹੇ ਹਾਂ। ਅੱਜ ਉਹਦੇ ਨਾਲ ਕੌਂਸਲਰ ਜਿਹੜੇ ਨਾਲ ਆ, ਪਹਿਲਾਂ ਚਿੱਟਾ ਵੇਚਦੇ ਸੀ, ਉਹ ਤਾਂ ਨਹੀਂ ਫੋਟੋ ਕਰਾਈ ਉਹਨਾਂ ਨੇ, ਉਹ ਤਾਂ ਇਹਦੇ ਪਾਰਟੀ ਦੇ ਮੈਂਬਰ ਸੀ ਨਾ, ਜਿਹੜੇ ਵਿਚਾਰੇ ਵੀਡੀਓ ਬਣਾ ਰਹੇ ਆ, ਵੀਡੀਓ ਦਾ ਇੰਨਾ ਸ਼ੌਕੀਨ ਆ, ਜਿਹੜੇ ਵੀਡੀਓ ਬਣਾ ਰਹੇ ਨੇ ਜਗ੍ਹਾ ਦੱਬੀ, ਉਹ ਤਾਂ ਉਹਨਾਂ ਨੇ ਤਾਂ ਨਹੀਂ ਫੋਟੋ ਕਰਾਈ ਸੀ, ਉਹ ਤਾਂ ਸਗੋਂ ਇਹਦੇ ਨਾਲ ਵੀਡੀਓ ਬਣਾਉਂਦੇ ਸੀ। ਸਰ, ਤੁਸੀਂ ਇੱਕ ਪ੍ਰੋਟੈਸਟ ਕਰ ਰਹੇ ਹੋ ਬਰਜਿੰਦਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੋਈ ਹੈਗੀ ਹੈ, ਤੁਸੀਂ ਕਿਉਂ ਕੀ ਕਹੋਗੇ? ਅਗਲੀ ਕਾਰਵਾਈ ਜਿਹੜੀ, ਅਗਲੀ ਰਣਨੀਤੀ ਹੈਗੀ ਤੁਹਾਡੀ ਕੀ ਹੋਏਗੀ? ਨਹੀਂ, ਸਭ ਤੋਂ ਪਹਿਲਾਂ ਤਾਂ ਜੋ ਇਹਨਾਂ ਦਾ ਆਪਸੀ ਤਾਲਮੇਲ ਆ ਉਹ ਲੱਭਿਆ ਜਾਵੇ, ਬੈਂਸਾਂ ਦਾ ਜੇ ਕਾਂਗਰਸ ਦਾ ਕੀ ਤਾਲਮੇਲ ਆ ਰਿਹਾ, ਉਸ ਤੋਂ ਬਾਅਦ ਇਹਦੀ ਜੋ ਗ੍ਰਿਫਤਾਰੀ ਹੈ ਜਲਦੀ ਤੋਂ ਜਲਦੀ ਕੀਤੀ ਜਾਵੇ। ਸੋ ਬਿਲਕੁਲ, ਇਹ ਸਨ ਅਮਨ ਸੈਣੀ ਜੋ ਕਿ ਮਾਲਵਾ ਜ਼ੋਨ ਦੇ ਜਨਰਲ ਸੈਕਟਰੀ ਨੇ, ਅਤੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਕੈਮਰਾਮੈਨ ਹੈਰੀ ਦੇ ਨਾਲ ਵਿਸ਼ਾਲ ਸ਼ਰਦਾ, ਪ੍ਰਾਈਮ ਉਤੇ ਲੁਧਿਆਣਾ।